ਨਮਸਕਾਰ ਦਰਸ਼ਕੋ, ਮੈਂ ਕਿਰਨ ਵਸ਼ਿਸ਼ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਵਿੱਚ ਅੱਜ ਗੱਲ ਕਰਦੀਆਂ ਸੀ ਜੋ ਸੰਗਤਾਂ ਬਰਗਾੜੀ ਵਿੱਚ ਬੈਠ ਕੇ ਇਨਸਾਫ ਲਈ ਚੋਣ ਮਹੀਨੇ ਤੋਂ ਲਗਾਤਾਰ ਸੰਘਰਸ਼ ਕਰ ਰਹੀਆਂ ਨੇ ਉਹਨਾਂ ਦੀ, ਅਤੇ ਨਾਲ ਹੀ ਅੱਜ ਤੀਸਰੀ ਬਰਸੀ ਹੈ ਬਰਗਾੜੀ ਕਾਂਡ ਕਹਿ ਲਈਏ ਜਾਂ ਬਾਈਬਲ ਕਲਾ ਕਾਂਡ ਕਹਿ ਲਈਏ ਉਸ ਦੀ, ਅਤੇ ਸੰਗਤਾਂ ਹੁੰਮ ਹੁਮਾ ਕੇ ਉੱਥੇ ਪੁੱਜ ਰਹੀਆਂ ਨੇ। ਆਖਿਰ ਇਹ ਸਾਰੀ ਪ੍ਰਕਿਰਿਆ ਕੀ ਸੀਗੀ, ਅਸੀਂ ਟੀ ਵੀ ਚੈਨਲਾਂ 'ਤੇ ਦੇਖ ਰਹੇ ਹਾਂ, ਲੇਕਿਨ 3 ਸਾਲ ਬੀਤ ਗਏ ਨੇ। ਇਹ ਸਾਰੀ ਪ੍ਰਕਿਰਿਆ 3 ਸਾਲ ਪਹਿਲਾਂ ਸ਼ੁਰੂ ਹੋਈ ਸੀਗੀ। ਕਿਸ ਤਰ੍ਹਾਂ ਸ਼ੁਰੂ ਹੋਈ ਸੀ, ਇਸ ਦੇ ਉੱਪਰ ਚਰਚਾ ਕਰਨ ਲਈ ਅਤੇ ਜੋ ਅੱਜ ਦੀ ਸਥਿਤੀ ਹੈ ਉਸ ਦੇ ਉੱਪਰ ਚਰਚਾ ਕਰਨ ਲਈ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ ਰਜਿੰਦਰ ਸਿੰਘ ਰਾਜਾ ਜੀ। ਉਹਨਾਂ ਕੋਲ ਪੁੱਛਦੇ ਹਾਂ ਕਿ ਬਰਗਾੜੀ ਵਿੱਚ ਜੋ ਬੈਠੀਆਂ ਸੰਗਤਾਂ ਨੇ ਇਨਸਾਫ ਦੀ ਮੰਗ ਕਰ ਰਹੀਆਂ ਨੇ, ਉਹਨਾਂ ਨੂੰ ਇਨਸਾਫ ਮਿਲਣ ਵਿੱਚ ਹੁਣ 3 ਸਾਲ ਬੀਤ ਗਏ ਨੇ, ਅਤੇ ਅੱਗੇ ਕੀ ਉਮੀਦ ਲੱਗਦੀ ਹੈ? ਰਜਿੰਦਰ ਸਿੰਘ ਰਾਜਾ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਨਾਲ ਜੁੜਨ ਲਈ। ਹਾਂਜੀ, ਕੋਈ ਗੱਲ ਨਹੀਂ। ਜੇ ਅਸੀਂ ਗੱਲ ਕਰਦੇ ਹਾਂ ਬਾਈਬਲ ਕਲਾ ਜਾਂ ਬਰਗਾੜੀ ਕਾਂਡ ਜੀ, ਅੱਜ 3 ਸਾਲ ਹੋ ਗਏ ਨੇ ਬਰਸੀ ਹੈ। ਹਾਂਜੀ, ਇਸ ਦੇ ਵਿੱਚ ਉਚੇਚੇ ਤੌਰ 'ਤੇ ਦਰਸ਼ਕਾਂ ਦੇ ਦਿਮਾਗ ਵਿੱਚ ਇਹ ਗੱਲ ਹੈਗੀ ਹੈ ਕਿ ਬਰਗਾੜੀ ਦੇ ਵਿੱਚ ਜੋ ਕਾਂਡ ਹੋਇਆ ਸੀ ਅਤੇ ਬਾਈਬਲ ਕਲਾ ਦੇ ਵਿੱਚ ਕਾਂਡ ਹੋਇਆ ਸੀਗਾ, ਉਸ ਨੂੰ ਲੈ ਕੇ ਤੀਸਰੀ ਬਰਸੀ ਹੈ ਜਾਂ ਜਦੋਂ ਗੁਰੂ ਸਾਹਿਬਾਨ ਦੇ ਸਰੂਪ ਚੋਰੀ ਹੁੰਦੇ ਨੇ ਜਾਂ ਬੇਦ ਵੀ ਹੁੰਦੀ ਹੈ, ਉਸ ਨੂੰ ਲੈ ਕੇ ਇਹ ਬਰਸੀ ਹੈ? ਨਹੀਂ, ਇਹ ਬਰਸੀ ਜਿਹੜੀ ਹੈ ਇਹ ਜਿਹੜੀ 14 ਤਰੀਕ ਨੂੰ ਜਾਂ 14 ਅਕਤੂਬਰ 1915 ਨੂੰ ਦੋ ਜਿਹੜੇ ਸਿੰਘ ਸ਼ਹੀਦ ਹੋਏ ਸੀ ਬਾਈਬਲ ਕਲਾ ਕਾਂਡ ਦੇ ਵਿੱਚ, ਭਾਈ ਕ੍ਰਿਸ਼ਨ ਸਿੰਘ ਜੀ, ਹਾਂ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ, ਇਹ ਉਹਨਾਂ ਦੇ ਸੰਬੰਧ ਬਰਸੀ ਹੈ। ਪਰੰਤੂ ਇਹਦੇ ਨਾਲ ਜੋ ਸਾਰਾ ਕਾਂਡ ਹੈ ਬਰਗਾੜੀ ਵਾਲਾ ਵੀ ਹੈ, ਜਵਾਹਰ ਕਿਆਲੇ ਤੋਂ ਜਿਹੜੇ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਹੈ ਉਹ ਵੀ ਹੈ, ਤੇ ਜੋ ਬਰਗਾੜੀ ਵਿੱਚ ਪੱਤਰੇ ਪਾੜ ਕੇ ਸਿੱਟੇ ਗਏ ਹੈ ਉਹਨਾਂ, ਇਹ ਸਾਰਾ ਹੁਣ ਇੱਕ ਹੀ ਜਿਹੜਾ ਪ੍ਰੋਸੈਸ ਹੈ। ਪਰੰਤੂ ਜਿਹੜੀ ਬਰਸੀ ਦਾ ਮੇਨ ਮਤਲਬ ਕਿ ਹੈਗਾ ਮਨਾਉਣ ਦਾ ਕਾਰਨ, ਉਹ ਦੋ ਸਿੰਘ ਸ਼ਹੀਦ ਜਿਹੜੇ ਹੋਏ ਹੈ ਉਹਨਾਂ ਦੇ ਸੰਬੰਧ 'ਚ ਬਾਈਬਲ ਕਲਾ ਕਾਂਡ ਦੇ ਸੰਬੰਧ 'ਚ ਬਰਸੀ ਮਨਾਈ ਜਾ ਰਹੀ ਹੈ। ਔਰ ਜਿਹੜਾ ਉੱਥੇ ਇਕੱਠ ਹੋ ਰਿਹਾ ਉਹ ਜਿਹੜੇ ਗੁਰੂ ਨਾਨਕ ਨਾਮ ਲੇਵਾ ਜਿਹੜੇ ਪ੍ਰੇਮੀ ਆ ਗੁਰੂ ਸਾਹਿਬ ਦੇ, ਪਿਆਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਕਰਦੇ ਆ, ਇਹ ਉਹਨਾਂ ਸਾਰੇ ਲੋਕਾਂ ਦਾ ਬਰਗਾੜੀ ਸਾਹਿਬ ਮੋਰਚੇ ਦੀ ਅਗਵਾਈ ਵਿੱਚ ਜੋ ਮੋਰਚਾ ਲੱਗਿਆ ਹੋਇਆ ਉਹਦਾ ਉਹਨਾਂ ਦਾ ਇਕੱਠ ਹੈ ਅੱਜ ਉੱਥੇ। ਔਰ ਮੈਂ ਹੈਰਾਨ ਹੈ ਕਿ ਮੈਨੂੰ ਹੁਣੇ 10 ਮਿੰਟ ਪਹਿਲਾਂ ਜਿਹੜੀਆਂ ਖਬਰਾਂ ਉੱਥੋਂ ਆਈਆਂ ਜਿਹੜੀਆਂ ਰਿਪੋਰਟਰਾਂ ਨੇ ਮੈਨੂੰ ਭੇਜੀਆਂ, ਉੱਥੇ ਬਹੁਤ ਵੱਡਾ ਕਿਰਨ ਜੀ ਇਕੱਠ ਹੋ ਰਿਹਾ, ਲਾ ਮਿਸਾਲ ਜਿਹੜਾ ਉਹ ਇਕੱਠ ਹੋ ਰਿਹਾ ਹੈ। ਉਹਨੇ ਸਾਰੇ ਜਿਹੜੇ ਅਨੁਮਾਨ ਆ ਮੋਰਚੇ ਦੇ ਆਗੂਆਂ ਦੇ ਉਹ ਫੇਲ ਕਰਤੇ ਆ, ਔਰ ਹਜੇ ਟਾਈਮ ਵੀ ਖਾਸ ਨਹੀਂ ਹੋਇਆ ਕੋਈ। ਜੀ ਰਾਜਾ ਜੀ, ਅਸੀਂ ਗੱਲ ਕਰਦੇ ਹਾਂ ਤਾਂ ਇਕੱਠ ਦੀ, ਤਾਂ ਪਿਛਲੇ ਦਿਨ ਜਿਹੜੀ ਪੰਜਾਬ ਵਿੱਚ ਰੈਲੀ ਖੇਡ ਹੋਈ ਸੀਗੀ, ਉਹ ਰੈਲੀਆਂ ਵੀ ਫੇਲ ਹੋਈਆਂ ਸੀ ਉਹਨਾਂ ਦਿਨਾਂ ਦੇ ਵਿੱਚ। ਹਾਂ, ਉਹਨਾਂ ਨੇ ਦੇਖੋ ਕਾਂਗਰਸ ਤੇ ਜਿਹੜੇ ਅਕਾਲੀ ਹੈ ਉਹ ਰਲੇ ਹੋਏ ਹੈ, ਬਾਦਲ ਤੇ ਕੈਪਟਨ ਜਿਹੜੇ ਆ ਉਹ ਰਲੇ ਹੋਏ ਹੈ, ਉਹਨਾਂ ਨੇ ਦੋਵਾਂ ਨੇ 7 ਤਰੀਕ ਨੂੰ ਰੈਲੀਆਂ ਰੱਖ ਲਈਆਂ ਇੱਕ ਦੂਜੇ ਦੇ ਹਲਕੇ ਵਿੱਚ ਜਾ ਕੇ ਲੋਕਾਂ ਨੂੰ ਬੇਵਕੂਫ ਤੇ ਮੂਰਖ ਬਣਾਉਣ ਵਾਸਤੇ। ਪਰੰਤੂ ਵੇਖੋ ਕਿੱਡੀ ਵੱਡੀ ਗੱਲ ਹੈ ਕਿ ਦੋਨੇ ਹੀ ਫੇਲ ਹੋ ਗਏ, ਤੇ ਬਰਗਾੜੀ ਜਿਹੜਾ ਕੱਟ ਸੀ ਨਾ ਉਹ ਮੇਰਾ ਇੱਕ ਬਤੌਰ ਪੱਤਰਕਾਰ ਅੰਦਾਜ਼ਾ ਹੈਗਾ ਵੀ 8 ਤੋਂ 10 ਲੱਖ ਦੇ ਕਰੀਬ ਜਿਹੜਾ ਕੱਟ ਸੀ, ਕਿਉਂਕਿ ਮੈਂ ਵੇਖੋ ਮੈਂ ਉੱਥੇ ਕਾਰ ਲੈ ਕੇ ਗਿਆ ਕੋਟਪੂਰੀ ਤੇ ਮੈਂ ਬਰਗਾੜੀ ਜਾਣਾ ਸੀ ਤੇ ਮੈਂ ਬਰਗਾੜੀ ਪਹੁੰਚ ਨਹੀਂ ਸਕਿਆ। ਉੱਥੇ ਜਿਹੜਾ 15-16 ਕਿਲੋਮੀਟਰ ਦੇ ਇਲਾਕੇ ਵਿੱਚ ਇੰਨੇ ਲੋਕ ਹੀ ਲੋਕ ਦਿਸਦੇ ਸੀ ਵੀ ਜਿਹੜਾ ਮੈਂ ਆਪਦੀ ਜ਼ਿੰਦਗੀ ਚ ਪੱਤਰਕਾਰ ਦੀ ਜ਼ਿੰਦਗੀ ਚ ਮੈਂ ਅੱਜ ਤੱਕ ਇੰਨਾ ਇਕੱਠ ਨਾ ਕਿਸੇ ਨੈਸ਼ਨਲ ਰੈਲੀ ਚ ਦੇਖਿਆ, ਦਿੱਲੀ ਵੇਖਿਆ, ਨਾ ਮੈਂ ਕਿਸੇ ਚੰਡੀਗੜ੍ਹ ਦੇਖਿਆ। ਦੇਖੋ ਉਹ ਦੋਨੇ ਰੈਲੀਆਂ ਦਾ ਇਕੱਠ ਸਿਰਫ ਇਸ ਕਰਕੇ ਕੀਤਾ ਗਿਆ ਸੀ ਅਕਾਲੀ ਕਾਂਗਰਸੀਆਂ ਨੇ ਕਿ ਇਹਨਾਂ ਦਾ ਇਕੱਠ ਨਾ ਹੋਵੇ, ਪਰ ਇਸ ਦੇ ਬਾਵਜੂਦ ਲੋਕਾਂ ਨੇ ਉਹਨਾਂ ਨੂੰ ਰਿਜੈਕਟ ਕਰਕੇ ਅਕਾਲੀ ਤੇ ਕਾਂਗਰਸੀ ਦੋਵਾਂ ਨੂੰ ਬਰਗਾੜੀ ਜਾਣ ਨੂੰ ਤਰਜੀਹ ਦਿੱਤੀ ਹੈ। ਬਰਗਾੜੀ ਸਾਹਿਬ ਮੋਰਚੇ ਦੀ ਅਗਵਾਈ ਵਿੱਚ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਇਹ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਲੋਕਾਂ ਦਾ ਪਿਆਰ ਹੈ ਜੀ। ਸੋ ਜਾਣੀ ਕਿ ਪੰਜਾਬ ਦੀ ਜਨਤਾ ਹੁਣ ਇਹਨਾਂ ਦੀ ਜਿਹੜੀ ਸਾਰੀ ਚੱਲ ਰਹੀ ਸਮਝਦੀ ਹੈ
ਬਿਲਕੁਲ ਸਮਝਦੀ ਹੈ ਜੀ, ਜਨਤਾ ਜਿਹੜੀ ਆ ਹੁਣ ਉਹ ਸਾਰੇ ਇਹਨਾਂ ਦੀ ਜਿਹੜੀਆਂ ਚਾਲਾਂ ਹੈਗੀਆਂ ਅਕਾਲੀਆਂ ਦੀਆਂ ਵੀ ਆ ਕਾਂਗਰਸੀਆਂ ਦੀਆਂ, ਉਹ ਸਾਰੀਆਂ ਹੁਣ ਸਮਝ ਚੁੱਕੀ ਹੈਗੀ ਹੈ। ਔਰ ਬਰਗਾੜੀ ਇਨਸਾਫ ਮੋਰਚਾ ਹੁਣ ਪੰਜਾਬ ਦਾ ਨਹੀਂ ਰਿਹਾ ਗਾ, ਹੁਣ ਇਹ ਹਿੰਦੁਸਤਾਨ ਦਾ ਨਹੀਂ ਰਿਹਾ, ਇਹ ਪੂਰੀ ਦੁਨੀਆ ਦੇ ਵਿੱਚ ਜਿਹੜਾ ਮੋਰਚਾ ਉਹਦੀ ਚਰਚਾ ਚੱਲ ਰਹੀ ਹੈ। ਮੈਂ ਤੁਹਾਨੂੰ ਇੱਕ ਥੋੜੀ ਜਿਹੀ ਦਾ ਉਦਾਹਰਣ ਦਿਆਂਗਾ। ਇਹ ਜਦੋਂ ਦਰਬਾਰ ਸਾਹਿਬ ਦੀਆਂ ਕੁੰਜੀਆਂ ਦਾ ਮੋਰਚਾ ਲੱਗਾ ਸੀ ਜਾਂ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਸੀ, ਉਹ ਕਰੀਬ ਕਰੀਬ 1.5-2 ਸਾਲ ਮੋਰਚੇ ਚੱਲੇ ਸੀ। ਤੇ ਉਹ ਜਿਹੜਾ ਗੁਰੂ ਕੇ ਬਾਗ ਦਾ ਮੋਰਚਾ ਸੀ ਨਾ ਜੀ, ਉਹ ਚੱਲਿਆ ਤਾਂ ਕੋਕੇ ਵਾਲੀ ਅੰਮ੍ਰਿਤਸਰ ਜ਼ਿਲ੍ਹੇ ਪੰਜਾਬ ਤੋਂ ਸੀ, ਪਰੰਤੂ ਉਹ ਫਿਰ ਪੂਰੇ ਪੰਜਾਬ 'ਚ ਫੈਲਿਆ, ਫਿਰ ਉਹ ਪੂਰੇ ਹਿੰਦੁਸਤਾਨ 'ਚ ਫੈਲਿਆ, ਫਿਰ ਉਹ ਮੋਰਚਾ ਇੰਗਲੈਂਡ 'ਚ ਲੱਗਾ, ਫਿਰ ਉਹ ਮੋਰਚਾ ਅਮਰੀਕਾ 'ਚ ਲੱਗਾ, ਫਿਰ ਉਹ ਮੋਰਚਾ ਕੈਨੇਡਾ 'ਚ ਲੱਗਾ। ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਗੁਰੂ ਕੇ ਬਾਗ ਦੇ ਮੋਰਚੇ ਕੈਨੇਡਾ, ਇੰਗਲੈਂਡ, ਅਮਰੀਕਾ ਵਿੱਚ ਵੀ ਲੱਗਦੇ ਰਹੇ ਆ। ਤੇ ਦੇਖੋ 2-2.5 ਸਾਲਾਂ ਬਾਅਦ ਫਿਰ ਜਿਹੜੀ ਸਿੱਖ ਕੌਮ ਆ, ਸਿੱਖ ਪੰਥ ਹੈ, ਉਹਨਾਂ ਨੂੰ ਉਹਨਾਂ ਦੇ ਸੰਘਰਸ਼ ਦਾ, ਉਹਨਾਂ ਦੀ ਲੜਾਈ ਦਾ ਜਿਹੜਾ ਸਿੱਟਾ ਇਹ ਮਿਲਿਆ ਕਿ ਉਹ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਮੋਰਚਾ ਜਿੱਤਿਆ ਗਿਆ, ਗੁਰੂ ਕੇ ਬਾਗ ਦਾ ਮੋਰਚਾ। ਪਰ ਗੱਲ ਵੀ ਉਸ ਸਮੇਂ ਦੇ ਵਿੱਚ ਜੋ ਸੰਘਰਸ਼ ਕੀਤਾ ਗਿਆ ਸੀਗਾ ਉਹ 2 ਸਾਲਾਂ ਦੇ ਵਿੱਚ 2.5 ਸਾਲਾਂ ਦੇ ਵਿੱਚ ਸੰਪੂਰਨ ਤੌਰ ਦੇ ਵਿੱਚ ਕਾਰਨ ਸੀ, ਲੇਕਿਨ ਹੁਣ 3 ਸਾਲ ਬੀਤ ਗਏ ਨੇ ਜੀ। ਹਾਂ, ਉਹਦੇ ਕਾਰਨ ਇਹ ਸੀ ਵੀ ਇੱਕ ਤਾਂ ਜਿਹੜੀ ਸਰਕਾਰ ਸੀ ਵਿਦੇਸ਼ੀ ਅੰਗਰੇਜ਼ਾਂ ਦੀ ਸਰਕਾਰ ਸੀ ਜੀ, ਸਾਡੀ ਆਪਣੀ ਸਰਕਾਰ ਨਹੀਂ ਸੀ। ਦੂਜੀ ਗੱਲ ਇਹ ਕਿ ਉਦੋਂ ਜਿਹੜੇ ਬਿਜਲਈ ਮੀਡੀਆ ਜਾਂ ਪ੍ਰਿੰਟ ਮੀਡੀਆ ਉਹ ਇੰਨਾ ਪਾਵਰਫੁਲ ਨਹੀਂ ਸੀ, ਉਹ ਜਿਹੜੀ ਸੂਚਨਾ ਹੈਗੀ ਹੈ ਨਾ ਉਹਦੇ ਸਾਧਨ ਬਹੁਤ ਘੱਟ ਸੀ, ਸੀਮਤ ਸਾਧਨ ਸੀ। ਪਰ ਰਾਜਾ ਜੀ ਇਸੇ ਗੱਲ ਦਾ ਤਾਂ ਉਹ ਹੈ ਕਿ ਉਸ ਉਹਨਾਂ ਸਮਿਆਂ ਦੇ ਵਿੱਚ ਵੀ ਇੰਨੇ ਸਾਧਨ ਨਾ ਹੋਣ ਦੇ ਬਾਵਜੂਦ ਸਰਕਾਰਾਂ ਨੇ, ਜੋ ਕਿ ਪਰਾਈਆਂ ਸਰਕਾਰਾਂ ਆਪਾਂ ਕਹਿ ਰਹੇ ਹਾਂ, ਉਹਨਾਂ ਨੇ ਸਾਡੀ ਗੱਲ ਮੰਨੀ, ਤੇ ਸਾਡੇ ਆਪਣੇ ਹੀ ਲੋਕ ਸਾਡੀ ਗੱਲ ਕਿਉਂ ਨਹੀਂ ਮੰਨਦੇ? ਦੇਖੋ ਪਤਾ ਕੀ ਹੈ, ਹੁਣ ਜਿਸ ਤਰ੍ਹਾਂ ਸਿਸਟਮ ਬਣਿਆ ਨਾ, ਹੁਣ ਕੈਪਟਨ ਅਮਰਿੰਦਰ ਸਿੰਘ ਬਹੁਤ ਦਬਾਜ ਹੈਗੇ ਆ। ਮੈਂ ਸੁਣ ਰਿਹਾ ਸੀ ਭਾਈ ਧਿਆਨ ਸਿੰਘ ਮੰਡ ਜਿਹੜੇ ਇਨਸਾਫ਼ ਮੋਰਚਾ ਨੂੰ ਸੰਭਾਲੀ ਬੈਠੇ ਆ, ਜਿਨ੍ਹਾਂ ਦੀ ਛਤਰਛਾਇਆ ਚ ਇਹ ਸਾਰਾ ਕੁਝ, ਅਕਾਲੀ ਦਲ ਉਹਨਾਂ ਨੂੰ ਕਾਂਗਰਸ ਦੀ ਪਾਰਟੀ ਵੀ ਦੱਸਦਾ। ਸੁਣਿਆ ਨੀ, ਕੀ ਆਖਿਆ ਜੀ? ਮੈਂ ਕਿਹਾ ਅਕਾਲੀ ਦਲ ਵੱਲੋਂ ਉਹਨਾਂ ਨੂੰ ਕਾਂਗਰਸ ਪਾਰਟੀ ਵੀ ਦੱਸਿਆ ਜਾਂਦਾ ਜਿਹੜੇ ਮੋਰਚੇ ਦੇ ਬੈਠੇ। ਨਹੀਂ, ਪਤਾ ਕੀ ਹੈ, ਹੁਣ ਜਿਵੇਂ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਮੰਡ ਸਾਹਿਬ ਨੇ ਕਿਹਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਉਹ ਬੇਈਮਾਨ ਆ ਜੀ, ਇਹ ਮੈਂ ਸ਼ਬਦ ਉਹਨਾਂ ਦੇ, ਉਹਨਾਂ ਦੀ ਪ੍ਰੈਸ ਕਾਨਫਰੰਸ, ਇਹ ਕੱਲ ਦੀ ਗੱਲ ਹੈ, ਮੈਂ ਆਪ ਸੁਣੀ ਆ ਲੰਬੀ ਚੌੜੀ ਗੱਲ, ਉਹ ਬਹੁਤ ਸਾਰੇ ਟੀਵੀ ਚੈਨਲਾਂ ਨਾਲ ਕਰ ਰਹੇ ਸੀਗੇ। ਸੋ ਜੇ ਬੀ ਟੀਮ ਹੈ ਕਾਂਗਰਸ ਦੀ, ਤੇ ਐਡੇ ਜਿਹੜੇ ਸਖ਼ਤ ਅਲਫਾਜ਼ ਹੈ, ਜਿਹੜੇ ਸਖ਼ਤ ਭਾਸ਼ਾ ਵਾਲੇ ਸ਼ਬਦ ਹੈ, ਉਹ ਇੱਕ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਕਿਵੇਂ ਇਸਤੇਮਾਲ ਕਰ ਸਕਦਾ? ਉਹਨਾਂ ਨੇ ਰੱਜ ਕੇ ਨਿੰਦਿਆ ਕੀਤੀ ਹੈ ਕਾਂਗਰਸ ਪਾਰਟੀ ਦੀ ਔਰ ਕੈਪਟਨ ਅਮਰਿੰਦਰ ਸਿੰਘ ਦੀ। ਰਾਜਾ ਜੀ, ਮੈਂ ਨਿੰਦਿਆ ਦੀ ਗੱਲ ਵੀ ਸਾਰੀ ਸੁਣੂਗਾ, ਸਾਰੀ ਪ੍ਰਕਿਰਿਆ ਸੁਣੋ। ਤੁਸੀਂ ਇਸ ਮਾਮਲੇ ਨੂੰ ਸ਼ੁਰੂ ਤੋਂ ਦੇਖਦੇ ਆ ਰਹੇ ਹੋ, ਜਦੋਂ ਬੇਅਦਬੀ ਦੇ ਮਾਮਲੇ ਸ਼ੁਰੂ ਹੋਏ ਸੀਗੇ, ਜਦੋਂ ਗੁਰੂ ਸਾਹਿਬਾਨ ਦੇ ਸਰੂਪ ਚੋਰੀ ਹੋਏ ਸੀਗੇ, ਲੇਕਿਨ 3 ਸਾਲ ਬੀਤ ਗਏ, ਸੰਗਤਾਂ ਜਿਹੜੀਆਂ ਪੰਜਾਬ ਦੀਆਂ ਸੰਗਤਾਂ ਨੇ, ਪੰਜਾਬ ਦੀ ਜਿਹੜੀ ਆਵਾਮ ਹੈਗੀ ਹੈ, ਉਹਨੂੰ ਦੁਬਾਰਾ ਇੱਕ ਇਹ ਸਿਲਸਿਲਾ ਯਾਦ ਕਰਾਉਣ ਵਾਸਤੇ, ਜਾਂ ਕਹਿ ਲਈ ਕਿ ਦੁਬਾਰਾ ਉਹ ਜਿਹੜੇ ਦਰਦ ਹੈਗੇ ਨੇ ਉਹ ਆਪਸ ਵਿੱਚ ਆਪਾਂ ਸਾਂਝੇ ਕਰਨ ਲਈ ਦੱਸ ਸਕਦੇ ਕਿ ਕਿਸ ਕਿਸ ਤਰੀਕੇ ਦੇ ਨਾਲ ਜਿਹੜੀ ਪ੍ਰਕਿਰਿਆ ਸਾਰੀ ਹੋਈ ਸੀਗੀ ਜੋ ਹੁਣ ਤੱਕ ਚੱਲ ਰਹੀ ਹੈ? ਕਿਉਂਕਿ ਵਿੱਚੋਂ ਵਿੱਚ ਮੇਰੇ ਵੀ ਦਿਮਾਗ ਵਿੱਚ ਜੋ ਕੁਐਸਚਨ ਨੇ ਉਹ ਤੁਹਾਨੂੰ ਮੈਂ ਪੁੱਛਣਾ ਚਾਹਾਂਗਾ। ਨਹੀਂ, ਉਹ ਸਿਸਟਮ ਇਸ ਤਰ੍ਹਾਂ ਸੀ ਜੀ ਕਿ ਜਦੋਂ 2015 ਵਿੱਚ ਇਹ ਘਟਨਾਵਾਂ ਸਾਰੀਆਂ ਹੋਈਆਂ ਨਾ ਜੀ, ਤਾਂ ਉਦੋਂ ਲੋਕਾਂ ਦੇ ਮਨ ਵਿੱਚ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪ੍ਰੇਮੀ ਆ ਉਹਨਾਂ ਦੇ ਮਨ ਵਿੱਚ ਇੱਕ ਗੱਲ ਸੀ ਵੀ ਪੰਥਕ ਸਰਕਾਰ ਹੈ, ਅਕਾਲੀ ਦਲ ਦੀ ਸਰਕਾਰ ਹੈ, ਤੇ ਉਹਨਾਂ ਨੂੰ ਬੜੀ ਜਲਦੀ ਇਨਸਾਫ਼ ਮਿਲ ਜਾਣ ਦੀ ਆਸ ਸੀ। ਜਿੰਨੀ ਛੇਤੀ ਉਹਨਾਂ ਨੇ ਫਿਰ ਜੋਰਾ ਸਿੰਘ ਕਮਿਸ਼ਨ ਦੀ ਨਿਯੁਕਤੀ ਕੀਤੀ ਸੀ ਬਾਦਲ ਸਰਕਾਰ ਨੇ, ਤਾਂ ਲੋਕਾਂ ਨੂੰ ਲੱਗਿਆ ਵੀ ਯਾਰ ਇਹ ਜਲਦੀ ਜਲਦੀ ਸਾਰਾ ਕੁਝ ਨੇਪਰੇ ਚੜ ਜੂਗਾ। ਪਰ ਜਿਹੜਾ ਆਵਾਮ ਆ, ਜਿਹੜੇ ਪੰਜਾਬ ਦੇ ਲੋਕ ਹੈ ਜਾਂ ਸਿੱਖ ਪੰਥ ਹੈ,
ਉਹ ਇਸ ਗੱਲ ਤੋਂ ਅਣਭਿੱਜ ਸੀ, ਉਹ ਇਹ ਸਾਜਿਸ਼ ਜਿਹੜੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਤੇ ਸੁਖਬੀਰ ਸਿੰਘ ਬਾਦਲ ਦੀ, ਉਹ ਸਮਝ ਨਹੀਂ ਸਕਿਆ ਕਿ ਇਹ ਤਾਂ ਇੱਕ ਲਮਕਾਉਣ ਦੀ ਅਵਸਥਾ ਵੱਲ ਵੱਧ ਰਹੀ ਹੈਗੀ। ਪਰ ਉਸ ਵੇਲੇ ਰਾਜਾ ਜੀ ਇੱਕ ਚੀਜ਼ ਹੋਰ ਜਿਹੜੀ ਸਾਹਮਣੇ ਆਈ ਸੀਗੀ, ਜਨਤਾ ਨੂੰ ਭਰੋਸਾ ਸੀ ਅਕਾਲੀ ਦਲ ਸਰਕਾਰ ਦੇ ਉੱਪਰ, ਕਿਉਂਕਿ ਸਿੱਖਾਂ ਦੀ ਹਮਾਇਤੀ ਸਰਕਾਰ ਦੱਸੀ ਜਾਂਦੀ ਸੀਗੀ। ਦੂਸਰੇ ਪਾਸੇ ਜਿਹੜੀ ਜਸਟਿਸ ਜੋਰਾ ਸਿੰਘ ਦੀ ਜਿਹੜੀ ਇੱਕ ਰਿਪੋਰਟ ਵਾਸਤੇ ਡਿਊਟੀ ਲਗਾਈ ਗਈ ਸੀਗੀ, ਉਹ ਵੀ ਅਕਾਲੀ ਸਰਕਾਰ ਵੱਲੋਂ ਲਗਾਈ ਗਈ ਸੀਗੀ। ਅਤੇ ਤੀਸਰੀ ਗੱਲ ਇਹ ਹੁੰਦੀ ਹੈ ਕਿ ਉਹਨਾਂ ਦੀ ਰਿਪੋਰਟ ਹੀ ਨਹੀਂ ਅੰਦਰ ਜਿਹੜੀ ਦਾਖਲ ਕੀਤੀ ਜਾਂਦੀ, ਉਹ ਵਾਰ ਵਾਰ ਰਿਪੋਰਟ ਲੈ ਕੇ ਪੁੱਛਦੇ ਨੇ ਲੇਕਿਨ ਕੋਈ ਸਿੱਟਾ ਸਾਹਮਣੇ ਨਹੀਂ ਸੀ ਆਇਆ। ਨਹੀਂ ਉਹਨਾਂ ਨੇ ਦੇਖੋ, ਉਹਨਾਂ ਲਮਕਾਉਣ ਦੀ ਬਜਾਏ ਜੋਰਾ ਸਿੰਘ ਨੇ ਜਲਦੀ ਜਲਦੀ ਜਾਂਚ ਪੜਤਾਲ ਕਰਕੇ ਰਿਪੋਰਟ ਸਰਕਾਰ ਨੂੰ ਸੌਂਪਣੀ ਚਾਹੀ। ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਇੰਨੀ ਜਲਦੀ ਇਹ ਰਿਪੋਰਟ ਜਿਹੜੀ ਹੈ ਕਿਵੇਂ ਆ ਗਈ, ਤਾਂ ਉਹਨਾਂ ਨੇ ਰਿਪੋਰਟ ਲੈਣ ਤੋਂ ਇਨਕਾਰ ਕੀਤਾ ਤੇ ਜਸਟਿਸ ਜੋਰਾ ਸਿੰਘ ਇੱਕ ਕਲਰਕ ਨੂੰ ਆਪਦੀ ਰਿਪੋਰਟ ਜਿਹੜੀ ਸੌਂਪ ਕੇ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਆਏ ਹੈ। ਜੋਰਾ ਸਿੰਘ ਜੀ ਨੇ ਆਪਣੀ ਡਿਊਟੀ ਜਲਦੀ ਨਿਭਾਉਣ ਦੀ ਕੋਸ਼ਿਸ਼ ਕੀਤੀ। ਉਹਦਾ ਕਾਰਨ ਵਿਸ਼ੇਸ਼ ਸਾਹਿਬ ਇਹ ਸੀਗਾ ਕਿ ਜਿਹੜੀ ਗੱਲ ਲੋਕਾਂ ਦੀ ਸਮਝ ਚ ਨਹੀਂ ਆਈ ਕਿ ਪ੍ਰਕਾਸ਼ ਸਿੰਘ ਬਾਦਲ ਚਾਹੁੰਦੇ ਸੀ ਕਿ ਇਲੈਕਸ਼ਨ ਦੇ ਜਿਹੜੀਆਂ ਪ੍ਰੇਮੀਆਂ ਦੀ ਵੋਟਾਂ ਨਾ ਵੱਡੇ ਪੱਧਰ ਤੇ ਜੀ ਤੇ ਉਹਨਾਂ ਨੂੰ ਮਿਲ ਜਾਣਗੀਆਂ, ਕਿਉਂਕਿ ਪਰ ਜਦੋਂ ਤੁਸੀਂ ਹੁਣ ਪ੍ਰੇਮੀਆਂ ਦੀ ਵੋਟਾਂ ਦੀ ਗੱਲ ਕੀਤੀ ਹੈ ਤੇ ਇਹ ਜਦੋਂ ਜਿਹੜਾ ਸਾਰਾ ਮਾਮਲਾ ਸਾਹਮਣੇ ਹੋਇਆ ਸੀ, ਗੁਰੂ ਸਾਹਿਬਾਨ ਦੇ ਸਰੂਪ ਚੋਰੀ ਹੋਈ ਸੀ ਜਾਂ ਬੇਅਦਬੀ ਹੋਈ ਸੀਗੀ, ਇਹ ਵੀ ਉਹਨਾਂ ਦਿਨਾਂ ਵਿੱਚ ਹੋਈ ਸੀ ਜਦੋਂ ਪ੍ਰੇਮੀਆਂ ਦਾ ਗੁਰੂ ਰਾਮ ਰਹੀਮ ਮਾਫ਼ੀਨਾਮੇ ਵਾਸਤੇ ਅਕਾਲ ਤਖ਼ਤ ਸਾਹਿਬ ਦਾ ਲੈਟਰ ਪਹੁੰਚਦਾ। ਨਹੀਂ ਉਹ ਤਾਂ ਵੇਖੋ, ਉਹ ਤਾਂ ਇੱਕ ਫਰਜ਼ੀ ਕਿਸਮ ਦਾ ਲੈਟਰ ਸੀ ਜਿੱਥੇ ਕਹਿੰਦੇ ਆ, ਹੁਣ ਇਹ ਸੁਣੀ ਸੁਣਾਈ ਗੱਲ ਹੈ, ਬਹੁਤ ਸਾਰੇ ਟੀਵੀ ਚੈਨਲਾਂ ਤੇ ਵੀ ਆਈ ਹੈ ਕਿ ਬਾਦਲ ਸਾਹਿਬ ਨੇ ਤੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਜਿਹੜੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਗੁਰ ਗਿਆਨੀ ਗੁਰਬਚਨ ਸਿੰਘ ਆ ਜਿਹੜੇ ਹੁਣ ਆਪਦੇ ਅਹੁਦੇ ਤੋਂ ਰੁਖਸਤ ਹੋ ਕੇ ਜਾ ਰਹੇ ਹੈਗੇ ਆ, ਵੀ ਆਈ ਹੈ ਸੁਖਦੇਵ ਸਿੰਘ ਭੋਰ ਜੀ ਵੀ ਸਭ ਕੁਝ ਕਲੀਅਰ ਦੱਸਦੇ ਹੋਏ ਸਟੇਜ ਤੇ ਸੁਣਾਈ ਦਿੰਦੇ ਨੇ, ਤਾਂ ਉਹਨਾਂ ਨੇ ਉਹਨੂੰ ਬੁਲਾ ਕੇ ਉੱਥੇ ਬਾਦਲ ਪਿੰਡ ਦਿੱਤੀਆਂ ਹਦਾਇਤਾਂ, ਇੱਕ ਕਾਗਜ਼ ਤੇ ਲਿਖਤਾ ਵੀ ਇਹ ਹੁਣ ਮਾਫ਼ੀਨਾਮਾ ਤੁਸੀਂ ਉਹਦਾ ਕਰੋ ਬਾਬੇ ਰਾਮ ਰਹੀਮ ਦਾ, ਕਿਉਂਕਿ ਵੋਟਾਂ ਦਾ ਕੰਮ ਹੈ ਇਹ। ਜਿਹੜੀ ਲਿਖ ਕੇ ਦਿੱਤੀ ਇੱਕ ਸਲਿੱਪ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਨੇ ਉਹ ਗਿਆਨੀ ਗੁਰਬਚਨ ਸਿੰਘ ਦਿੱਤੀ ਤੇ ਉਹਨਾਂ ਨੇ ਉਸੇ ਨੂੰ ਹੁਕਮਨਾਮੇ ਤਬਦੀਲ ਕਰਤਾ। ਸਾਰੀਆਂ ਜਿਹੜੀਆਂ ਸੀਗੀਆਂ ਰਵਾਇਤਾਂ ਸਿੱਖ ਧਰਮ ਦੀਆਂ ਉਹਨਾਂ ਨੂੰ ਤਿਲਾਂਜਲੀ ਦੇ ਕੇ ਜਿਹੜਾ ਬਾਬਾ ਰਾਮ ਰਹੀਮ ਸੀ ਉਹ ਕਾਲ ਤਖ਼ਤ ਤੇ ਪੇਸ਼ ਨਹੀਂ ਹੋਇਆ ਤੇ ਆਪਦਾ ਇੱਕ ਫਰਜ਼ੀ ਜਿਹਾ ਪੱਤਰ ਉਹਨੇ, ਪਰ ਉਹ ਪੇਸ਼ ਵੀ ਕਿਵੇਂ ਹੋ ਸਕਦਾ ਸੀ, ਉਹ ਕਿਹੜਾ ਸਿੱਖ ਹੈ। ਹਾਂ ਉਹਨੂੰ ਬੁਲਾਇਆ ਨਹੀਂ ਜਾ ਸਕਦਾ ਸੀ, ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਇਹ ਹੈ ਕਿ ਉਹ ਆਇਆ ਨਹੀਂ। ਤੀਜੀ ਗੱਲ ਇਹ ਹੈਗੀ ਆ ਵੀ ਉਹਨੂੰ ਬਿਨਾਂ ਵਜੇ ਬਿਨਾਂ ਕੋਈ ਸੁਣਵਾਈ ਕੀਤਾ ਮਾਫ ਕਰਤਾ ਤੇ ਫਿਰ ਮਹੀਨੇ ਬਾਅਦ ਅਹਿਸਾਸ ਹੋਇਆ ਵੀ ਜਦੋਂ ਅਦਾਲਤ ਨੇ ਸਜ਼ਾ ਦਿੱਤੀ ਉਹਨੂੰ, ਉਹ ਕਹਿੰਦੇ ਵੀ ਇਹ ਗਲਤੀ ਹੋ ਗਈ, ਫਿਰ ਮਾਫ਼ੀਨਾਮਾ ਸਾਡਾ ਵਾਪਸ, ਉਹਨਾਂ ਨੇ ਮਾਫ਼ੀਨਾਮਾ ਵਾਪਸ ਵੀ ਲੈ ਲਿਆ। ਇਹ ਸਾਰੀ ਚਾਲਾਂ ਜੇ ਸਾਰੀ ਚਾਲਾਂ ਤੇ ਧਿਆਨ ਦਿੰਦੇ ਤਾਂ ਅਕਾਲੀ ਦਲ ਕਿੱਥੇ ਕੁ ਸਟੈਂਡ ਕਰਦਾ, ਇਹ ਵੀ ਸਾਹਮਣੇ ਹੋ ਗਿਆ। ਜੇ ਹੁਣ ਅਸੀਂ ਗੱਲ ਕਰਦੇ ਕਿ ਜੋਰਾ ਸਿੰਘ ਦੀ ਰਿਪੋਰਟ ਦੀ ਗੱਲ ਤੁਸੀਂ ਕੀਤੀ, ਉਹ ਕਲਰਕ ਨੂੰ ਰਿਪੋਰਟ ਦੇ ਕੇ ਚਲਾ ਗਿਆ, ਬਾਬਾ ਰਾਮ ਰਹੀਮ ਦੀ ਮਾਫ਼ੀ ਦੀ ਵੀ ਆਪਾਂ ਗੱਲ ਕਰ ਲਈ, ਅੱਜ 3 ਸਾਲ ਹੋ ਗਏ ਨੇ ਬਰਸੀ ਮਨਾਈ ਜਾ ਰਹੀ ਹੈ ਬਹਿਬਲ ਕਲਾਕਾਂਡ ਦੇ ਸੰਦਰਭ ਦੇ ਵਿੱਚ, ਅਤੇ ਹੁਣ ਜੇ ਹੁਣ ਦੀ ਗੱਲ ਕਰਦੇ ਹਾਂ ਰਾਜਾ ਜੀ, ਵੀ ਹੁਣ ਤਾਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸਭ ਦੇ ਸਾਹਮਣੇ ਆ ਗਈ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਾਰੇ ਜਿਹੜੇ ਲੀਡਰ ਨੇ ਸੰਸਦ ਦੇ ਵਿੱਚ ਝੋਲੀ ਅੱਡ ਕੇ, ਮੈਂ ਉਹਨਾਂ ਕੋਲੋਂ ਕਹਿ ਰਹੇ ਸੀ ਕਿ ਜਲਦੀ ਸਜ਼ਾ ਦਿੱਤੀ ਜਾਵੇ, ਉਹਨਾਂ ਦੀ ਕੀਤੀ ਹੋਈ ਗੱਲ ਦਾ ਸਾਰਾ ਡਰਾਮਾ ਹੀ ਲੱਗ ਰਿਹਾ ਅਤੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਹਾਲੇ ਤੱਕ ਇਸ ਦੇ ਉੱਪਰ ਕੋਈ ਐਕਸ਼ਨ ਸਾਹਮਣੇ ਨਹੀਂ ਆ ਰਿਹਾ। ਕੀ ਤੁਹਾਨੂੰ ਲੱਗਦਾ ਕਿ ਕੇਂਦਰ ਸਰਕਾਰ ਦਾ ਦਬਾਅ ਹੈ? ਹੈ, ਮੈਂ ਸੁਣੋ ਗੱਲ, ਇੱਕ ਤਾਂ ਇਹ ਹੈ ਵਿਸ਼ੇਸ਼ ਸਾਹਿਬ ਕਿ ਜਿਹੜੀ ਸਾਰੀ ਕਾਂਗਰਸ ਪਾਰਟੀ ਹੈ ਨਾ ਬਾਦਲ ਨਾਲ ਉਹ ਨਹੀਂ ਰਲੀ ਜੀ, ਇਕੱਲੇ ਕੈਪਟਨ ਸਾਹਿਬ ਦਾ ਸਮਝੌਤਾ ਹੋਇਆ, ਇਕੱਲੇ ਕੈਪਟਨ ਸਾਹਿਬ ਰਲੇ ਹੈ, ਯਾਨੀ ਕੈਪਟਨ ਸਾਹਿਬ ਹੀ ਇਕੱਲੀ ਰਿਸ਼ਤੇਦਾਰੀ ਦੀ ਸਾਂਝ ਨਿਭਾ ਰਹੇ ਨੇ, ਆਪਦੀ ਸਾਂਝ ਨਿਭਾ ਰਹੇ ਹੈਗੇ ਆ। ਜੇਕਰ ਇਹ ਗੱਲ ਹੁੰਦੀ ਤਾਂ ਜਿਵੇਂ ਸੁਖਜਿੰਦਰ ਸਿੰਘ ਸੁਖ ਸਰਕਾਰੀਆ ਨੇ ਗੋਡੇ ਟੇਕੇ ਆ ਜਾਂ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਝੋਲੀ ਅੱਡੀ ਹੈ, ਫਿਰ ਉਹ ਇਸ ਹੱਦ ਤੱਕ ਮੰਤਰੀ ਤੇ MLA ਨਹੀਂ ਜਾਂਦੇ ਸੀ, ਪਰ ਇਸ ਦੇ ਬਾਵਜੂਦ ਨੇ ਥੋੜਾ ਹੜੇ ਕੱਢੇ ਨੇ ਇਹਨਾਂ ਦੇ ਜੀ।
ਹਾਂ, ਪਰ ਇਸ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਟਸ ਤੋਂ ਮਸ ਨਹੀਂ ਹੋਏ ਤੇ ਜੀ ਉਲਟਾ ਰੈਲੀ ਰੈਲੀ ਦੀ ਖੇਡ ਖੇਡੀ। ਦੂਜੀ ਗੱਲ ਉਹਨਾਂ ਨੇ ਵਿਧਾਨ ਸਭਾ 'ਚ ਇਹ ਕੀਤੀ ਕਿ CBI ਤੋਂ ਜਿਹੜੀ ਸਾਡੀ ਜਾਂਚ ਆ ਉਹ ਅਸੀਂ ਵਾਪਸ ਲੈਂਦੇ ਹਾਂ, ਉਹ ਵਾਪਸ ਲੈ ਲਈ। ਤੇ ਤੀਜੀ ਗੱਲ ਇੱਕ ਹੋਰ ਕੀਤੀ ਕਿ ਜੋਰਾ ਸਿੰਘ ਵਾਲੀ ਕਮਿਸ਼ਨ ਦੀ ਰਿਪੋਰਟ ਵਾਲਾ ਹੀ ਹਾਲ ਜਸਟਿਸ ਰਣਜੀਤ ਸਿੰਘ ਦਾ ਕਰਕੇ ਇੱਕ ਨਵੀਂ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜਿਹਨੂੰ ਸਿਫਟ ਸਿਫਟ ਕਹਿੰਦੇ ਕਰਨੀ ਹੈ, ਹੈ ਜੀ। ਆ ਪੁਲਿਸ ਅਫਸਰਾਂ ਦੀ ਅਗਵਾਈ ਦੇ ਵਿੱਚ ਉਹ ਨਿਯੁਕਤ ਕਰਤੀ। ਸੋ ਜਿਹੜਾ ਇਹ ਸਾਰਾ ਵਰਤਾਰਾ ਹੈਗਾ ਨਾ, ਇਹ ਦੱਸਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਦੇ ਖਿਲਾਫ ਜਾਂ ਬਾਦਲ ਦੇ ਖਿਲਾਫ, ਸੁਖਬੀਰ ਦੇ ਖਿਲਾਫ, ਜਾਂ ਜਿਹੜੇ ਉਹ ਪੁਲਿਸ ਅਫਸਰ ਹੈ ਉਹਨਾਂ ਦੇ ਜਿਹੜਾ ਗੋਲੀ ਚਲਾਈ ਹੈ ਉਹਨਾਂ ਦੇ ਖਿਲਾਫ ਕਿਸੇ ਵੀ ਕਾਰਵਾਈ ਦੇ ਮੂਡ 'ਚ ਹੈ ਨਹੀਂ, ਉਹ ਲਮਕਾਉਣਾ ਚਾਹੁੰਦੇ ਉਸੇ ਲਮਕਾ ਸੰਸਦ ਦਿੱਤੀ ਉਸੇ ਭਵਨ ਦੇ ਵਿਧਾਨ ਸਭਾ ਦੇ ਵਿੱਚ। ਰਾਜਾ ਜੀ ਮੇਰੀ ਗੱਲ ਸੁਣੋ, ਉਸੇ ਵਿਧਾਨ ਸਭਾ ਦੇ ਵਿੱਚ ਜਦੋਂ ਇਹ ਸਾਰੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦਿੱਤੀ ਜਾ ਰਹੀ ਸੀਗੀ, ਅਮਨ ਅਰੋੜਾ ਜੋ ਕਿ ਆਮ ਆਦਮੀ ਦੇ ਵਿਧਾਇਕ ਨੇ, ਉਹਨਾਂ ਨੇ ਕਿਹਾ ਸੀ ਕਿ 3 ਮਹੀਨਿਆਂ ਦੇ ਵਿੱਚ ਵਿੱਚ ਸਾਰਾ ਕੁਛ ਹੋਣਾ ਚਾਹੀਦਾ, ਸਜ਼ਾ ਤੱਕ ਹੋਣੀ ਚਾਹੀਦੀ ਹੈ। ਲੇਕਿਨ ਉਹ ਜਿਹੜਾ ਟਾਈਮ ਮੁਕਰਰ ਸੀਗਾ ਉਹਦੇ ਉੱਪਰ ਤਾਂ ਕੋਈ ਤਵੱਜੋ ਦਿੱਤੀ ਨਹੀਂ ਜਾ ਰਹੀ। ਸਮੇਂ ਦੀ ਜਿਹੜੀ ਸਮਾਂ ਸੀਮਾ ਜਿਹੜੀ ਹੈ ਨਾ ਜੀ, ਉਹ ਚਾਹੇ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਤੇ ਹੋਵੇ, ਚਾਹੇ ਸਪੈਸ਼ਲ ਇਨਵੈਸਟੀਗੇਸ਼ਨ ਦੀ ਟੀਮ ਤੇ ਹੋਵੇ, ਉਹ ਜਿਹੜੇ 2-3 ਮਹੀਨੇ ਜਾਂ ਮਹੀਨਾ ਸਮਾਂ ਸੀ ਨਾ, ਉਹ ਜਦੋਂ ਉਹ ਪੁਲਿਸ ਅਫਸਰਾਂ ਨੂੰ ਲੱਗਿਆ ਕਿ ਗਾਜ ਸਾਡੇ ਸਿਰ ਤੇ ਡਿੱਗ ਸਕਦੀ ਹੈ, ਉਹਨਾਂ ਨੂੰ ਸਰਕਾਰ ਨੇ ਟਾਈਮ ਦਿੱਤਾ, ਸਮਾਂ ਦਿੱਤਾ, ਉਹ ਹਾਈ ਕੋਰਟ ਚਲੇ ਗਏ। ਵੇਖੋ ਹੁਣ ਪਿੱਛੇ ਯਾਨੀ ਕਿ ਸਰਕਾਰ ਨੇ ਉਹਨਾਂ ਨੂੰ ਪੂਰਾ ਟਾਈਮ ਦੇ ਦਿੱਤਾ ਵੀ ਤੁਸੀਂ ਜਾ ਸਕਦੇ ਹੋ ਕੋਰਟ ਕਿ ਤੁਸੀਂ ਕਾਨੂੰਨ ਦਾ ਇੰਤਜ਼ਾਮ ਕਰ ਲਓ। ਅਗਰ ਹੁਣ ਸਰਕਾਰ ਬਰਗਾੜੀ ਆ ਕੇ ਮੰਨ ਵੀ ਲੈਂਦੀ ਹੈ, ਕੋਈ ਉਹਦਾ ਮੰਤਰੀ ਜਾਂ ਮੁੱਖ ਮੰਤਰੀ ਆ ਕੇ ਮੰਨ ਲੈਂਦਾ ਕਿ ਠੀਕ ਹੈ ਅਸੀਂ ਕਾਰਵਾਈ ਕਰਾਂਗੇ, ਤੇ ਹੁਣ ਇੱਕ ਨਵੀਂ ਜਿਹੜੀ ਕਾਨੂੰਨੀ ਅੜਚਨ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਵਿੱਚ ਇਹ ਪੈਦਾ ਹੋ ਗਈ ਕਿ ਹਾਈ ਕੋਰਟ ਨੇ ਉਹਨਾਂ ਨੂੰ ਸਟੇਅ ਦਿੱਤਾ। ਜੀ ਹਾਈ ਕੋਰਟ ਨੇ ਉਹਨਾਂ ਦੀ ਜਾਂਚ ਪੜਤਾਲ ਤੇ ਪਾਬੰਦੀ ਲਾਤੀ ਔਰ ਨੋਟਿਸ ਆਫ ਮੋਸ਼ਨ ਜਿਹੜਾ ਹੈ ਉਹ ਪੰਜਾਬ ਸਰਕਾਰ ਤੇ ਬਾਕੀ ਧਿਰਾਂ ਨੂੰ ਜਾਰੀ ਕਰਤਾ। ਹੁਣ ਉਹਨਾਂ ਪੁਲਿਸ ਅਫਸਰਾਂ ਨੂੰ ਤੁਰੰਤ ਫੜ ਕੇ ਅੰਦਰ ਨਹੀਂ ਕੀਤਾ ਜਾ ਸਕਦਾ, ਜਦਕਿ ਪਹਿਲਾਂ ਕੀਤਾ ਜਾ ਸਕਦਾ ਸੀ। ਇੱਕ ਤਰ੍ਹਾਂ ਦੀ ਉਹਨਾਂ ਨੇ ਆਪਣੇ ਵਾਸਤੇ ਫਰੀਡਮ ਲੈ ਲਈ ਸੀ ਮਾਨਯੋਗ ਅਦਾਲਤ ਕੋਲ ਜਾ ਕੇ। ਬਿਲਕੁਲ ਬਿਲਕੁਲ, ਹੁਣ ਉਹਨਾਂ ਪੁਲਿਸ ਅਫਸਰਾਂ ਨੂੰ ਅਗਰ ਫੜਨਾ ਹੋਏਗਾ ਤਾਂ ਉਹ ਜਿਹੜਾ ਸਟੇ ਆ ਹਾਈ ਕੋਰਟ ਦਾ ਉਹ ਵਕੀਲ ਕਰਾਉਣਾ ਪਊਗਾ, ਉੱਥੇ ਲੰਮਾ ਜਿਹੜਾ ਕੇਸ ਆ ਉਹ ਲੜਨਾ ਪਊਗਾ। ਹਾਈ ਕੋਰਟ ਦੀ ਹੁਣ ਮਨਜ਼ੂਰੀ ਤੋਂ ਬਾਅਦ ਹੀ ਉਹਨਾਂ ਖਿਲਾਫ਼ ਕੋਈ ਕਾਰਵਾਈ ਹੋ ਸਕਦੀ ਹੈ। ਇਹਦੇ ਲਈ ਦੋਸ਼ੀ ਕੈਪਟਨ ਅਮਰਿੰਦਰ ਸਿੰਘ ਹੈ। ਜੀ ਬਿਲਕੁਲ, ਕਹਿ ਸਕਦੇ ਕਿ ਜਦੋਂ ਅਕਾਲੀ ਦਲ ਦੀ ਕੋਟਕਪੂਰਾ ਰੈਲੀ ਹੁੰਦੀ ਹੈ ਉਸ ਤੋਂ ਬਾਅਦ ਅੱਗੇ ਰੈਲੀ ਕਰਨੀ ਚਾਹੁੰਦੇ ਹਾਂ ਤਾਂ ਉੱਥੇ ਰੋਕ ਲਗਾ ਦਿੱਤੀ ਜਾਂਦੀ ਹੈ ਤੇ ਹਾਈ ਕੋਰਟ ਦੇ ਵਿੱਚ ਸਰਕਾਰ ਵੱਲੋਂ ਕੋਈ ਨਹੀਂ ਪਹੁੰਚਦਾ। ਹਾਂ ਦੇਖੋ ਅਟਾਰਨੀ ਜਨਰਲ ਨੂੰ ਕੋਈ ਦੇਣ ਵਾਸਤੇ ਨਹੀਂ ਗਿਆ ਹੈਗਾ ਉੱਥੇ, ਇਹ ਤਾਂ ਹੁਣ ਹਾਈ ਸਪਸ਼ਟ ਹੋ ਕੋਰਟ ਨੇ ਕਿ ਹੁਣ ਅੱਗੇ ਤਾਂ ਕਲੀਅਰ ਹੈ। ਕੋਰਟ ਦੇ ਫੈਸਲੇ ਤੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਨਾ। ਕੋਰਟ ਨੇ ਕਿਸੇ ਵੀ ਹਾਲਤ 'ਚ ਕਰਤਾ, ਕੋਰਟ ਨੇ ਉਹਨੂੰ ਇਜਾਜ਼ਤ ਦਿੱਤੀ ਰੈਲੀ ਕਰਨ ਦੀ। ਜੀ ਰੈਲੀ ਕਰਨ ਦੀ ਇਜਾਜ਼ਤ ਦੇਣਾ ਜਾਂ ਨਾ ਦੇਣਾ ਇਹ ਤਾਂ ਇੱਕ ਡੈਮੋਕ੍ਰੈਟਿਕ ਰਾਈਟ ਹੈ, ਇਹਦੇ ਤੇ ਬਹੁਤਾ ਕਿੰਤੂ ਪਰੰਤੂ ਹੋ ਵੀ ਨਹੀਂ ਸਕਦਾ। ਪਰੰਤੂ ਫਿਰ ਆਪਾਂ ਆਪਦੇ ਵਿਸ਼ੇ ਵੱਲ ਆਉਂਦੇ ਹਾਂ। ਬਿਲਕੁਲ ਜੀ, ਜਿਹੜਾ ਕਿੰਤੂ ਪਰੰਤੂ ਹੈ ਨਾ ਉਹ ਤਾਂ ਇਹੀ ਹੈ ਵੀ ਅਕਾਲੀ ਦਲ ਦਾ ਪਹਿਲਾਂ ਤਾਂ ਇਹ ਨਹੀਂ ਪਤਾ ਲੱਗਿਆ ਉਹ ਰੈਲੀਆਂ ਕਰਦਾ ਕਿਹਦੇ ਖਿਲਾਫ ਹੈ। ਨੰਬਰ 2 ਮੈਨੂੰ ਕਾਂਗਰਸ ਦਾ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਉਹ ਨਵੇਂ ਤੋਂ ਨਵੀਂ ਜਾਂਚ ਏਜੰਸੀ ਬਿਠਾ ਕੇ ਕਦੇ ਜੋਰਾ ਸਿੰਘ ਕਮਿਸ਼ਨ, ਕਦੇ ਜਸਟਿਸ ਰਣਜੀਤ ਸਿੰਘ ਕਮਿਸ਼ਨ, ਕਦੇ ਹੁਣ ਪੁਲਿਸ ਅਫਸਰਾਂ ਦੀ, ਇਹ ਇੰਨਾ ਟਾਈਮ ਉਹਨਾਂ ਨੂੰ ਕਿਉਂ ਦੇ ਰਹੀ ਹੈਗੀ ਹੈ ਕਿ ਉਹ ਹਾਈ ਕੋਰਟ ਹੀ ਪਹੁੰਚ ਗਏ। ਹਾਈ ਕੋਰਟ ਨੇ ਉਹਨਾਂ ਨੂੰ ਜਿਹੜੀ ਰਾਹਤ ਦਿੱਤੀ ਹੈਗੀ ਹੈ, ਹੁਣ ਕੱਲ ਨੂੰ ਸੁਖਬੀਰ ਸਿੰਘ ਬਾਦਲ ਹਾਈ ਕੋਰਟ 'ਚ ਪਹੁੰਚ ਜੂਗਾ, ਸੁਖਬੀਰ ਸਿੰਘ ਬਾਦਲ ਨੂੰ ਰਾਹਤ ਮਿਲ ਜੂਗੀ। ਹੁਣ ਕੱਲ ਨੂੰ ਕੋਈ ਐਸਾ ਵਿਅਕਤੀ ਵਿਸ਼ੇਸ਼ ਜਿਹੜਾ ਦਾਖਲ ਕਰ ਦੂਗਾ ਹਾਈ ਕੋਰਟ 'ਚ ਕਿ ਜਿਹੜੇ ਵਿਦੇਸ਼ਾਂ ਵਿੱਚ, ਵਿਦੇਸ਼ਾਂ ਵਿੱਚ ਨਹੀਂ ਜਿਹੜੇ ਦੂਜੀਆਂ ਸਟੇਟਾਂ ਦੇ ਵਿੱਚ ਜਿਹੜੇ ਸਿੱਖ ਬੰਦੀ ਆ, ਜਿਹੜੀ ਤੀਜੀ ਮੰਗ ਹੈ ਇਨਸਾਫ਼ ਮੋਰਚੇ ਦੀ, 3 ਇਨਸਾਫ਼ ਮੋਰਚੇ ਦੀਆਂ, ਉਹਨਾਂ ਵਿੱਚ ਜਿਹੜੀ ਪ੍ਰਮੁੱਖ ਮੰਗ ਇਹ ਵੀ ਹੈਗੀ ਹੈ ਕਿ ਜਿਨ੍ਹਾਂ ਨੇ ਆਪਣੀ ਸਜ਼ਾ ਭੁਗਤ ਲਈ ਹੈ ਬੰਦੀ ਸਿੰਘਾਂ ਨੇ, ਉਹਨਾਂ ਨੂੰ ਬਾਹਰਲੀਆਂ ਸਟੇਟਾਂ ਤੋਂ ਲਿਆਉਣ, ਪੰਜਾਬ 'ਚ ਲਿਆ ਕੇ ਉਹਨਾਂ ਨੂੰ ਪੈਰੋਲ ਤੇ ਰਿਹਾ ਕਰਨ ਵਾਸਤੇ ਉਹਨਾਂ ਦੀ ਕਾਰਵਾਈ ਜਿਹੜੀ ਸ਼ੁਰੂ ਕੀਤੀ ਜਾਵੇ। ਤੇ ਹੁਣ ਜੇ ਕਿਸੇ ਸੰਸਥਾ ਨੇ ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ ਇਹ ਪਟੀਸ਼ਨ ਦਾਖਲ ਕਰਤੀ
ਕਿ ਇਹ ਇਹ ਵੀ ਗੈਰ ਕਾਨੂੰਨੀ ਹੈ ਤੇ ਇਹ ਵੀ ਮਸਲਾ ਉਲਝ ਜਾਣਾ। ਸੋ ਜਿਹੜੀ ਕਾਂਗਰਸ ਪਾਰਟੀ ਤੇ ਅਕਾਲੀ ਦਲ ਉਹ ਟੈਕਨੀਕਲੀ ਵੀ ਤੇ ਗੈਰ ਟੈਕਨੀਕਲੀ ਵੀ, ਕਾਨੂੰਨ ਵੀ ਤੇ ਗੈਰ ਕਾਨੂੰਨੀ ਵੀ, ਦੋਵੇਂ ਧਿਰਾਂ ਜਿਹੜੀਆਂ ਨਾ ਦੋਵੇਂ ਤਰ੍ਹਾਂ ਦੇ ਨਾਲ ਬਰਗਾੜੀ ਇਨਸਾਫ ਮੋਰਚੇ ਨੂੰ ਫੇਲ ਕਰਨ ਦੇ ਲੱਗੀਆਂ ਹੋਈਆਂ। ਸਾਰਾ ਬਰਗਾੜੀ ਇਨਸਾਫ ਮੋਰਚੇ ਨੂੰ ਫੇਲ ਕਰਨ ਚ ਲੱਗੀਆਂ ਸਰਕਾਰਾਂ ਤੇ ਜਿਹੜੀ ਪਿਛਲੀ ਸਰਕਾਰ ਹੈ ਉਹ ਦੋਨੋਂ, ਤੁਹਾਡਾ ਕਹਿਣਾ ਹੀ ਹੈ ਦੋਨੋਂ। ਹਾਂਜੀ, ਜੇ ਅਸੀਂ ਗੱਲ ਕਰਦੇ ਅੱਜ ਦੀ, ਹੁਣ ਅੱਜ ਬਰਸੀ ਵੀ ਹੈ ਤੇ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਉੱਥੇ ਪਹੁੰਚ ਰਹੀਆਂ ਨੇ, ਪਟਿਆਲੇ ਤੋਂ ਵੀ ਪਿੰਡਾਂ ਦੇ ਵਿੱਚੋਂ ਸੰਗਤਾਂ ਇਕੱਠੀਆਂ ਹੋ ਕੇ ਜਾ ਰਹੀਆਂ ਨੇ, ਉੱਥੇ ਲੰਗਰ ਲਗਾ ਰਹੀਆਂ ਨੇ ਸੰਗਤਾਂ ਨੇ। ਤੇ ਤੁਸੀਂ ਕੀ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਅੱਜ ਦਾ ਇਕੱਠ ਹੋਏਗਾ ਉਸ ਇਕੱਠ ਤੋਂ ਬਾਅਦ ਸਰਕਾਰ ਦੇ ਉੱਪਰ ਕੋਈ ਪ੍ਰੈਸ਼ਰ ਬਣੇਗਾ, ਜਾਂ ਕਿ ਜੋ ਪੰਜਾਬ ਸਰਕਾਰ ਦੇ ਉੱਪਰ ਜਿਵੇਂ ਕਿ ਕੰਗਰਾ ਹੋ ਸਕਦਾ ਕਿ ਸੈਂਟਰ ਦਾ ਕੋਈ ਪ੍ਰੈਸ਼ਰ ਹੋਵੇ, ਕੋਈ ਐਕਸ਼ਨ ਨਹੀਂ ਲਿੱਤਾ ਜਾ ਰਿਹਾ? ਸੈਂਟਰ ਦਾ ਹੈਗਾ ਹੈ ਕਿ ਰਾਜਨਾਥ ਸਿੰਘ ਹੋਰਾਂ ਨੇ ਕੈਪਟਨ ਨੂੰ ਦਿੱਲੀ ਬੁਲਾ ਕੇ, ਕੈਪਟਨ ਸਾਹਿਬ ਮੁਲਾਕਾਤ ਕਰਕੇ ਆਏ ਹੈ ਗ੍ਰਹਿ ਮੰਤਰੀ ਨਾਲ। ਉਹਨੇ ਸਪਸ਼ਟ ਉਹਨਾਂ ਨੂੰ ਕਿਹਾ ਕਿ ਬਈ 2019 ਦਾ ਇਲੈਕਸ਼ਨ ਹੈ ਲੋਕ ਸਭਾ ਦਾ, ਤੇ ਅਕਾਲੀ ਦਲ ਨਾਲ ਬੀਜੇਪੀ ਦਾ ਜਿਹੜਾ ਗੱਠਜੋੜ ਹੈ ਤੇ ਤੂੰ ਬਾਦਲਾਂ ਦੇ ਖਿਲਾਫ਼ ਕੋਈ ਇਹੋ ਜਿਹੀ ਕਾਰਵਾਈ ਨਹੀਂ ਕਰਨੀ ਜਿਹਦੇ ਨਾਲ ਇਹ ਪ੍ਰਭਾਵ ਜਾਵੇ ਕਿ ਸਿੱਖ ਪੰਥ ਦੇ ਦੋਸ਼ੀ ਜਿਹੜੇ ਆ ਦੋਨੇ ਪਿਓ ਪੁੱਤ ਨੇ, ਜਾਂ ਪੁਲਿਸ ਅਫਸਰਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕਰਨੀ। ਇਹ ਸਾਰਾ ਕੁਝ ਹੋ ਤਾਂ ਸੈਂਟਰ ਤੋਂ ਹੀ ਰਿਹਾ। ਔਰ ਰਾਜਾ ਸਾਹਿਬ ਨੇ, ਕੈਪਟਨ ਸਾਹਿਬ ਨੇ ਇਹ ਕਿਉਂ ਨਹੀਂ ਕਿਹਾ ਕਿ ਅਗਰ ਮੈਂ ਕਾਰਵਾਈ ਕਰਾਂਗਾ ਜੋ ਕਿ ਜਾਇਜ਼ ਬਣਦੀ ਹੈ ਤਾਂ ਕੀ ਨਤੀਜੇ ਸਾਹਮਣੇ ਆਉਂਦੇ ਨੇ? ਨਹੀਂ, ਸੈਂਟਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ ਨਾ, ਉਹ ਸੈਂਟਰ ਦੇ ਪੂਰਾ ਪ੍ਰਭਾਵ ਵਿੱਚ ਹੈਗਾ, ਕਿਉਂਕਿ ਹੋਰ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਹੁਣ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਨਹੀਂ ਹੈ, ਇਕੱਲੇ ਪੰਜਾਬ ਵਿੱਚ ਹੈ ਤੇ ਇੱਕ ਸਟੇਟ ਹੋਰ ਹੈ ਛੋਟੀ ਜਿਹੀ, ਸ਼ਾਇਦ ਮਿਜ਼ੋਰਮ ਹੈ, ਉਹ ਦੋਵਾਂ ਸਟੇਟਾਂ ਤੋਂ ਬਣਨੀ ਚਾਹੀਦੀ ਹੈ। ਜਾਣੀ ਕਿ ਬੀਜੇਪੀ ਦੀ ਮੈਜੋਰਟੀ ਦੇ ਅੱਗੇ ਕਾਂਗਰਸ ਸਰਕਾਰ ਜੋ ਪੰਜਾਬ ਦੀ ਹੈ ਉਹ ਡਰ ਗਈ। ਕੈਪਟਨ ਅਮਰਿੰਦਰ ਸਿੰਘ ਸੈਂਟਰ ਸਰਕਾਰ ਨਾਲ ਕਿਸੇ ਵੀ ਟਕਰਾਅ ਦੇ ਮੂਡ ਚ ਹੈ ਨਹੀਂ, ਇਸ ਕਰਕੇ ਉਹਨਾਂ ਨੇ ਗ੍ਰਹਿ ਮੰਤਰੀ ਦੀ ਗੱਲ ਨੂੰ ਮੰਨ ਲੈਣਾ ਤੇ ਬਾਦਲਾਂ ਨਾਲ ਆਪਣੀ ਯਾਰੀ ਪਗਾਉਣੀ ਠੀਕ ਸਮਝੀ, ਯਾਰੀ ਪਗਾਉਣੀ ਠੀਕ ਸਮਝੀ। ਹੁਣ ਜਾਂਦੇ ਜਾਂਦੇ ਮੈਨੂੰ ਸਿਰਫ ਇੰਨਾ ਕੁ ਦੱਸੋ ਰਾਜਾ ਸਾਹਿਬ ਕਿ ਜਿਹੜੇ ਅੱਜ ਉੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਪਹੁੰਚ ਰਹੀਆਂ ਨੇ, ਹਾਂਜੀ, ਉਹਨਾਂ ਦੇ ਇਕੱਠ ਤੋਂ ਬਾਅਦ, ਹਾਲਾਂਕਿ ਭਾਈ ਭਗਵਾਨ ਸਿੰਘ ਜੀ, ਭਗਵਾਨ ਸਿੰਘ ਕ੍ਰਿਸ਼ਨ ਸਿੰਘ ਜੀ ਨੂੰ ਜੋ ਅੱਜ ਦੇ ਦਿਨ ਸ਼ਹਾਦਤ ਮਿਲੀ ਸੀਗੀ ਉਹਦੀ ਯਾਦ ਵਿੱਚ ਕੀਤਾ ਜਾ ਰਿਹਾ ਤੇ ਲੋਕ ਇਕੱਤਰਿਤ ਹੋ ਰਹੇ, ਉਹਨਾਂ ਨੂੰ ਵੀ ਯਾਦ ਕੀਤਾ ਜਾਏਗਾ, ਤੇ ਜਿਹੜੇ ਉੱਥੇ ਬਰਗਾੜੀ ਕਾਂਡ ਦੇ ਵਿੱਚ ਲੋਕ ਉਪਸਥਿਤ ਸੀਗੇ ਜਿਨ੍ਹਾਂ ਦੇ ਉੱਪਰ ਅਤਿਆਚਾਰ ਹੋਇਆ ਉਹ ਵੀ ਇਕੱਠੇ ਹੋਣਗੇ, ਉਹਦੇ ਸਾਰੇ ਦੇ ਸੰਦਰਭ ਦੇ ਵਿੱਚ ਜੇ ਅਸੀਂ ਗੱਲ ਕਰਦੇ ਕਿ ਪੰਜਾਬ ਸਰਕਾਰ ਦੇ ਕੋਈ ਪ੍ਰਭਾਵ ਪੈਣ ਦਾ ਲੱਗਦਾ ਕਿ ਨਹੀਂ ਲੱਗਦਾ? ਨਹੀਂ ਨਹੀਂ, ਪਏਗਾ ਪਏਗਾ ਪੱਕਾ ਪਏਗਾ, ਕਿਉਂਕਿ ਜਿਹੜਾ ਹੁਣ 7 ਤਰੀਕ ਨੂੰ ਲੱਖਾਂ ਲੋਕਾਂ ਦਾ ਇਕੱਠ ਕੋਟਪੁਰ ਤੋਂ ਲੈ ਕੇ ਬਰਗਾੜੀ ਤੱਕ ਹੋਇਆ, ਉਹਦੇ ਕਰਕੇ ਸਰਕਾਰ ਬਹੁਤ ਦਬਾਅ ਚ ਹੈ, ਨੰਬਰ 1 ਜੀ। ਨੰਬਰ 2, ਜੇ ਉਹਨਾਂ ਹੀ ਇਕੱਠ ਅੱਜ ਵੀ ਹੋ ਜਾਂਦਾ ਹੈ ਤੇ ਸਰਕਾਰ ਸਾਹਮਣੇ ਕੋਈ ਬਦਲ ਨਹੀਂ ਬਚਣਾ ਗਾ, ਕੈਪਟਨ ਸਾਹਿਬ ਦੇ ਸਾਹਮਣੇ ਕੋਈ, ਜਿਵੇਂ ਤੁਸੀਂ ਦੱਸ ਹੀ ਚੁੱਕੇ ਕਿ ਤੁਸੀਂ ਕੁਝ ਟਾਈਮ ਪਹਿਲਾਂ ਪਤਾ ਕੀਤਾ ਤੇ ਸੰਗਤਾਂ ਉੱਥੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਬਹੁਤ ਜ਼ਿਆਦਾ ਜੀ, ਬਹੁਤ ਵੱਡੀ ਗਿਣਤੀ ਵਿੱਚ ਜੀ, ਪਰੰਤੂ ਹੁਣ ਕਾਰਨ ਸਭ ਤੋਂ ਵੱਡਾ ਇਹ ਹੈਗਾ ਵੀ ਕੈਪਟਨ ਅਮਰਿੰਦਰ ਸਿੰਘ ਇਹ ਦਬਾਅ ਨੂੰ ਮੰਨਦੇ ਹੈ, ਜੇਕਰ ਉਹਨਾਂ ਨੇ ਇਸ ਦਬਾਅ ਨੂੰ ਮੰਨਿਆ ਤਾਂ ਆਉਣ ਵਾਲੇ ਦਿਨ ਜਿਹੜੇ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹੋਣਗੇ ਕਿ ਅਕਾਲੀ ਦਲ ਵੈਸੇ ਤਾਂ ਪਹਿਲਾਂ ਹੀ ਖੇਰੂ ਹੋਣ ਦੀ ਸਥਿਤੀ 'ਚ ਹੈਗਾ, ਕਿਉਂਕਿ ਹੁਣ ਭਾਈ ਮਨਜੀਤ ਸਿੰਘ ਜਿਹੜੇ ਉਹ ਪ੍ਰਧਾਨ ਆ ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਵਿੱਚ, ਉਹਨਾਂ ਨੇ ਬਗਾਵਤ ਕਰਤੀ ਹੈ, ਉਹ ਬਰਗਾੜੀ ਅੱਜ ਪਹੁੰਚ ਰਹੇ ਹੈਗੇ ਆ ਅਕਾਲੀ ਦਲ ਬਾਦਲ ਦੇ ਉਹ ਪ੍ਰਧਾਨ ਭਾਈ ਮਨਜੀਤ ਸਿੰਘ। ਅੱਛਾ, ਹੁਣ ਪਰਸੋਂ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਆ ਫਤਿਹਗੜ੍ਹ ਸਾਹਿਬ ਤੋਂ ਕਰਨੈਲ ਸਿੰਘ ਪੰਜੋਲੀ, ਜਿਹੜੇ ਬੜੇ ਵੱਡੇ ਲੀਡਰ ਆ ਅਕਾਲੀ ਦਲ ਦੇ, ਬਗਾਵਤ ਕਰਕੇ ਐਲਾਨੀਆਂ ਇਹ ਗੱਲ ਕਹਿ ਦਿੱਤੀ ਹੈ ਕਿ ਦੋਨੇ ਪਿਓ ਪੁੱਤ ਦੋਸ਼ੀ ਨੇ, ਸਿੱਖ ਪਰੰਪਰਾਵਾਂ ਦੇ ਦੋਸ਼ੀ ਨੇ। ਇਹ ਵੀ ਕੋਈ ਛੋਟੀ ਗੱਲ ਨਹੀਂ ਹੈਗੀ ਕਿ ਉਹਨਾਂ ਦੀ ਪਾਰਟੀ ਦੇ ਸੀਨੀਅਰ ਲੀਡਰਾਂ ਵਿੱਚ ਨਾਮ ਆਉਂਦਾ ਇਹਨਾਂ ਦਾ, ਪੰਜੋਲੀ ਸਾਹਿਬ ਦਾ। ਹਾਂ, ਇਹ ਸਾਰੇ ਜਿਹੜੇ ਲੀਡਰ ਆ ਇਕੱਠੇ ਹੋ ਕੇ ਅੱਜ ਹੁਣ ਬਰਗਾੜੀ ਇਨਸਾਫ਼ ਮੋਰਚੇ ਜਾ ਰਹੇ ਹੈ, ਅਕਾਲੀ ਦਲ ਵਾਸਤੇ ਇਹ ਬੜੀ ਗੰਭੀਰ ਸਥਿਤੀ ਬਣੀ ਹੈ ਬਾਦਲ ਵਾਸਤੇ ਹੁਣ,
ਵੀ ਕੀ ਕਰੀਏ, ਕਿਉਂਕਿ ਹੁਣ ਜੇਕਰ ਸਿੱਟਾ ਕੋਈ ਨਹੀਂ ਨਿਕਲਦਾ ਬਰਗਾੜੀ ਇਨਸਾਫ ਮੋਰਚੇ ਦਾ, ਤਾਂ ਵੇਖੋ ਜਿਵੇਂ ਸੰਗਤਾਂ ਚ ਉਤਸ਼ਾਹ ਹੈਗਾ ਨਾ, ਜਿਵੇਂ ਭਾਈ ਧਿਆਨ ਸਿੰਘ ਮੰਡ ਆਪਦੀ ਪ੍ਰੈਸ ਕਾਨਫਰੰਸ ਵਿੱਚ ਗੱਲ ਕਰ ਰਹੇ ਸੀ, ਤੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਗੱਲ ਨੀ ਹੈਗੀ ਕਿ ਮੋਰਚਾ ਜਲਦੀ ਜਲਦੀ ਸਮਾਪਤ ਹੋ ਜਾਏ, ਸਮਾਂ ਬਹੁਤ ਹੋ ਗਿਆ। ਉਹ ਤਾਂ ਕਹਿੰਦੇ ਵੀ ਮੈਂ 1 ਸਾਲ, 1.5 ਸਾਲ, 2 ਸਾਲ ਵੇਚ ਕੇ 5 ਸਾਲ ਤੱਕ ਚੱਲੇ, ਮੈਂ ਇਸ ਜਗ੍ਹਾ ਤੋਂ ਉਨੀ ਦੇਰ ਤੱਕ ਨਹੀਂ ਉੱਠਣਾ ਜਿੰਨੀ ਦੇਰ ਮੇਰੀਆਂ 3 ਜਿਹੜੀਆਂ ਮੰਗਾਂ ਉਹ ਨਹੀਂ ਮੰਨੀਆਂ ਜਾਂਦੀਆਂ। ਔਰ ਮੈਂ ਤਾਂ ਨਿਸ਼ਚੈ ਕਰ ਰੱਖਿਆ ਕਿ ਅਸੀਂ ਇਨਸਾਫ ਲੈ ਕੇ ਹੀ ਉੱਠਾਂਗੇ। ਹਾਂ, ਉਹ ਕਹਿੰਦਾ ਜਾਂ ਮੈਂ ਸ਼ਹਾਦਤ ਦਊਂਗਾ ਜੀ, ਜਾਂ ਤਾਂ ਮੇਰੀ ਸ਼ਹਾਦਤ ਹੋਊਗੀ ਜਾਂ ਮੈਂ 3 ਮੰਗਾਂ ਮਨਾ ਕੇ ਉੱਠੂਗਾ। ਐਡਾ ਸਿਰੜੀ ਜਿਹੜਾ ਅਕਾਲ ਤਖ਼ਤ ਜਥੇਦਾਰ ਮੈਂ ਅੱਜ ਤੱਕ ਨਹੀਂ ਵੇਖਿਆ ਵਿਜੇ ਸਾਹਿਬ। ਭਾਈ ਧਿਆਨ ਸਿੰਘ ਮੰਡ ਜੀ ਦੀ ਗੱਲ ਤੋਂ ਮੈਂ ਹੁਣ ਅੱਗੇ ਇੱਕ ਗੱਲ ਹੋਕਰ ਨਹੀਂ ਜਾਵਾਂਗਾ ਕਿਉਂਕਿ ਆਪਣਾ ਫੋਨੋ ਬਹੁਤ ਲੰਬਾ ਹੋ ਗਿਆ, ਲੇਕਿਨ ਇੱਕ ਛੋਟੀ ਜਿਹੀ ਗੱਲ ਜ਼ਰੂਰ ਹੈ ਕਿ ਕੱਲ੍ਹ ਪਰਸੋਂ ਇੱਕ ਤਸਵੀਰਾਂ ਸਾਹਮਣੇ ਆਈ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ, ਹਾਂਜੀ, ਜਿਹੜੇ ਉੱਥੇ ਸਟੇਜ ਦੇ ਉੱਪਰ ਇਕੱਤਰਿਤ ਹੋਰ ਲੋਕ ਸੀਗੇ ਜਿਨ੍ਹਾਂ ਦੇ ਵਿੱਚ ਅਕਾਲੀ ਦਲ ਦੇ ਖਿਲਾਫ ਰੋਸ ਜਤਾਇਆ ਜਾ ਰਿਹਾ ਸੀਗਾ, ਉਹਨਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਸੀਗੇ, ਚਾਹੇ ਸੁਖਪਾਲ ਸਿੰਘ ਖਹਿਰਾ ਵੀ ਸੀਗੇ, ਹੋਰ ਲੋਕ ਵੀ ਸੀਗੇ, ਉਹ ਸਟੇਜ ਤੇ ਜਦੋਂ ਬੈਠੇ ਨੇ ਤੇ ਉਹਨਾਂ ਨੂੰ ਗੋਡੇ ਮਾਰੇ ਜਾ ਰਹੇ ਨੇ। ਨਹੀਂ, ਉਹ ਇਸ ਤਰ੍ਹਾਂ ਹੋਇਆ ਜੀ, ਮੈਂ ਵੀ ਦੇਖੀ ਹੈ ਉਹ ਜਿਹੜੀ ਹੈ ਵੀਡੀਓ, ਤਾਂ ਮੈਂ ਉੱਥੇ ਮੌਜੂਦ ਤਾਂ ਨਹੀਂ ਸੀ ਉਸ ਵਕਤ, ਕਿ ਉਹ ਜਿਹੜੇ ਵਿਧਾਇਕ ਨੇ ਕਮਾਲੂ ਸਾਹਿਬ ਆਮ ਆਦਮੀ ਪਾਰਟੀ ਦੇ, ਉਹ ਇਹਨਾਂ ਰਸ਼ ਸਟੇਜ ਛੋਟੀ ਸੀ, ਰਸ਼ ਬਹੁਤ ਜ਼ਿਆਦਾ ਸੀ, ਭੀੜ ਭੜੱਕਾ ਬਹੁਤ ਵੱਧ ਗਿਆ ਸੀ। ਇਹ ਜਦੋਂ ਮਾਨ ਸਾਹਿਬ ਭਾਸ਼ਣ ਕਰ ਰਹੇ ਸੀ ਤੇ ਇਹ ਦੋਵੇਂ ਵਿਧਾਇਕ ਖਹਿਰਾ ਸਾਹਿਬ ਵੀ ਤੇ ਕਮਾਲੂ ਸਾਹਿਬ ਵੀ ਉਦੋਂ ਆਏ ਸੀ, ਉਹਨਾਂ ਦੇ ਬੈਠਣ ਲਈ ਜਗ੍ਹਾ ਨਹੀਂ ਸੀ। ਨਹੀਂ, ਕਿਤੇ ਸਿਮਰਨਜੀਤ ਸਿੰਘ ਮਾਨ ਜੀ ਨੂੰ ਇਹ ਤਾਂ ਨਹੀਂ ਲੱਗਿਆ ਕਿ ਇਹ ਆਮ ਆਦਮੀ ਦੇ ਜਿਹੜੇ ਲੀਡਰ ਨੇ, ਸਾਡਾ ਇੰਨੇ ਦਿਨ ਦਾ ਚੱਲਦਾ ਸੰਘਰਸ਼ ਹੈ, ਉਹਦੇ ਉੱਪਰ ਆਪਣਾ ਨਾਮ ਜ਼ਿਆਦਾ ਚਮਕਾ ਰਹੇ ਨੇ? ਨਹੀਂ 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 ਨਹੀਂ, ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਹੈ। ਇਹ ਕੱਲ ਵੀ ਮੈਂ ਸੁਣ ਰਿਹਾ ਸੀ ਤੇ ਮੰਡ ਸਾਹਿਬ ਨੇ ਵੀ ਗੱਲ ਸਪਸ਼ਟ ਕੀਤੀ ਹੈ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਉਹ ਤਾਂ ਜਿਹੜੇ ਕਮਾਲੂ ਸਾਹਿਬ ਸੀ ਨਾ ਵਿਧਾਇਕ ਸਾਹਿਬ, ਉਹਨਾਂ ਦੇ ਸਿਮਰਨਜੀਤ ਸਿੰਘ ਮਾਨ ਦੇ ਪੈਰ ਤੇ ਬੈਠ ਗਏ ਜੀ, ਤੇ ਸਿਮਰਨਜੀਤ ਸਿੰਘ ਮਾਨ ਸਾਹਿਬ ਹੋ ਰਹੇ ਸੀ, ਗੁੱਸਾ ਬਹੁਤ ਜਲਦੀ ਆ ਜਾਂਦਾ। ਹਾਂ, ਉਹ ਵਾਰੀ ਵਾਰੀ ਡਿਸਟਰਬ ਹੋ ਰਹੀ ਸੀ ਤਾਂ ਉਹ ਥੋੜਾ ਹਾਈਪਰ ਹੋ ਗਏ ਤੇ ਉਹਨਾਂ ਨੇ ਗੱਲ ਕਮਾਲੂ ਸਾਹਿਬ ਨੂੰ ਕਹਿ ਦਿੱਤੀ, ਯਾਰ ਤੈਨੂੰ ਇੰਨੀ ਤਮੀਜ਼ ਵੀ ਹੈ ਨਹੀਂ, ਉਮਰ ਬਹੁਤ ਹੋ ਗਈ ਮਾਨ ਸਾਹਿਬ ਦੀ, ਕਈ ਵਾਰੀ ਉਹਨਾਂ ਤੋਂ ਬਰਦਾਸ਼ਤ ਨਹੀਂ, ਉਮਰ ਬਹੁਤ ਜ਼ਿਆਦਾ ਹੋ ਗਈ। ਸੁਖਬੀਰ ਸਿੰਘ ਬਾਦਲ ਦੀ ਹਜੇ ਉਮਰ ਜ਼ਿਆਦਾ ਨਹੀਂ, ਜਿਹੜੇ ਸਟੇਜਾਂ ਦੇ ਉੱਪਰ ਇਹ ਵੀ ਕਹਿੰਦੇ ਹੋਏ ਕਈ ਵਾਰੀ ਇਹ ਭੁੱਲ ਜਾਂਦੇ ਨੇ ਕਿ ਉਹਨਾਂ ਦੇ ਪਿਤਾ ਜੀ ਵਾਕਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ। ਹਾਂ, ਧਿਆਨ ਸਿੰਘ ਮੰਡ ਨੇ ਵੀ ਗੱਲ ਕੀਤੀ ਹੈ ਕੱਲ ਇੰਟਰਵਿਊ 'ਚ, ਉਹ ਕਹਿੰਦੇ ਬਈ ਉਹਨੇ ਬੀਬਾ ਹਰਸਿਮਰਤ ਬਾਦਲ ਨੂੰ ਕਿਹਾ ਵੀ ਭਾਈ ਇਹਦਾ ਕੋਈ ਚੰਗੇ ਹੋਸਪਿਟਲ 'ਚ ਕਿਸੇ ਮੈਂਟਲ ਹੋਸਪਿਟਲ 'ਚ ਇਲਾਜ ਕਰਾਓ ਇਸ ਤੋਂ ਪਹਿਲਾਂ ਕਿ ਬਿਮਾਰੀ ਵੱਧ ਜਾਏ, ਜਿਹਨੂੰ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰਾ ਪਿਓ ਕਿਹੜਾ ਹੈ ਵੀ ਇੱਕ ਨਹੀਂ ਹੈ, ਤੇ ਜਿਹਨੂੰ ਆਪਦੇ ਪਿਤਾ ਦੀ ਪਿਓ ਦੀ ਪਹਿਚਾਣ ਨਹੀਂ ਉਹਨੂੰ ਪੰਥ ਦੀ ਕੀ ਪਹਿਚਾਣ ਹੋਣੀ ਹੈ ਜੀ। ਤਾਂ ਉਹ ਇਸ ਤਰ੍ਹਾਂ ਦੀਆਂ ਗੱਲਾਂ, ਚਲੋ ਇਹ ਸਿਆਸਤ ਵਿੱਚ ਚੱਲਦੀਆਂ ਰਹਿੰਦੀਆਂ ਹੈਗੀਆਂ ਜੀ। ਹਾਂਜੀ, ਪਰ ਮਾਨ ਸਾਹਿਬ ਦੀ ਜਿਹੜੀ ਗੱਲ ਹੈ ਨਾ, ਉਹ ਕੋਈ ਸਿਆਸੀ ਮਤਲਬ ਇਸ ਤਰ੍ਹਾਂ ਨਹੀਂ ਸੀ ਕਿ ਆਮ ਆਦਮੀ ਪਾਰਟੀ ਇਸ ਮੋਰਚੇ ਨੂੰ ਹਾਈਜੈਕ ਕਰਨਾ ਚਾਹੁੰਦੀ ਹੈ ਤੇ ਆਪਦਾ ਸਿਰ ਆਪਦੇ ਸਿਰ ਬੰਨਣਾ ਚਾਹੁੰਦੀ ਹੈ। ਚਲੋ ਖੈਰ, ਅਸੀਂ ਤਾਂ ਇਹੀ ਚਾਹਾਂਗੇ ਕਿਉਂਕਿ ਅਸੀਂ ਵੀ ਪੰਜਾਬ ਦੇ ਵਿੱਚ ਰਹਿਣ ਵਾਲੇ, ਅਸੀਂ ਵੀ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਨ ਵਾਲੇ ਲੋਕ ਹਾਂ। ਹਾਂ, ਸਾਰੇ ਜਿਹੜਾ ਸੰਘਰਸ਼ ਹੈਗਾ ਉਹ ਸੰਘਰਸ਼ ਸਾਰਥਕ ਹੋਵੇ ਤੇ ਜਿਹੜਾ ਇਨਸਾਫ ਹੈ ਉਹ ਜਲਦ ਤੋਂ ਜਲਦ ਮਿਲੇ, ਚਾਹੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਜਾਣ, ਸਾਨੂੰ ਉਸ ਵਿੱਚ ਵੀ ਕੋਈ ਇਤਰਾਜ਼ ਨਹੀਂ, ਲੇਕਿਨ ਸਿਰਫ ਇੱਕੋ ਹੀ ਮੰਤਵ ਹੋਣਾ ਚਾਹੀਦਾ ਕਿ ਇਨਸਾਫ ਹੁਣ ਮਿਲਣਾ ਚਾਹੀਦਾ। ਪੰਜਾਬ ਦੇ ਲੋਕਾਂ ਨੂੰ ਹੁਣ ਬਹੁਤ ਸੰਤਾਪ ਭੋਗ ਲਿਆ ਜੀ ਜੀ। ਸੋ ਰਣਜੀਤ ਸਿੰਘ ਰਾਜਾ ਜੀ, ਤੁਸੀਂ ਸਾਨੂੰ ਸਾਰੀ ਜਾਣਕਾਰੀ ਦਿੱਤੀ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਰਜਿੰਦਰ ਸਿੰਘ ਰਾਜਾ ਜੀ, ਜੋ ਕਿ ਸਾਨੂੰ ਸਾਰੀ ਪ੍ਰਕਿਰਿਆ ਦੇ ਉੱਪਰ ਰੋਸ਼ਨੀ ਪਾ ਰਹੇ ਸਨ, ਕਿਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਦੁਖਿਆਂਤ ਹੈ ਹੋਇਆ ਸੀਗਾ, 3 ਸਾਲ ਬੀਤ ਗਏ ਨੇ ਅਤੇ ਅੱਜ ਬਰਸੀ ਮਨਾਈ ਜਾ ਰਹੀ ਹੈ ਜਿਹੜੇ ਲੋਕਾਂ ਦੀ ਸ਼ਹਾਦਤ, ਅਸੀਂ ਉਹਨਾਂ ਨੂੰ ਯਾਦ ਰੱਖ ਕਰਦੇ ਹੋਏ, ਅਤੇ ਪੰਜਾਬ ਦੇ ਵਿੱਚ ਜਿੰਨੇ ਵੀ ਨਾਨਕ ਨਾਮ ਲੇਵਾ ਸੰਗਤਾਂ ਨੇ ਸਾਰੀਆਂ ਉੱਥੇ ਪੁੱਜ ਰਹੀਆਂ ਨੇ,
ਅਤੇ ਸੰਗਤਾਂ ਵੱਲੋਂ ਉੱਥੇ ਲੰਗਰਾਂ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਅਤੇ ਇਕੱਠ ਵਪਾਰੀ ਜਿਹੜਾ ਹੈਗਾ ਉਹ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ। ਅਤੇ ਇਹ ਵੀ ਕਿਹਾ ਜਾ ਰਿਹਾ ਕਿ ਇਹ ਸਾਰੇ ਇਕੱਠ ਦਾ ਜਿਹੜਾ ਪ੍ਰਭਾਵ ਹੈਗਾ ਸਰਕਾਰਾਂ ਦੇ ਉੱਪਰ ਪਏਗਾ ਅਤੇ ਜਿਹੜੀ ਇਨਸਾਫ ਦੀ ਮੰਗ ਹੈ ਉਹ ਜਲਦ ਤੋਂ ਜਲਦ ਪੂਰੀ ਹੋਏਗੀ। ਹਾਲਾਂਕਿ ਭਾਈ ਧਿਆਨ ਸਿੰਘ ਮੰਡ ਹੋਣਾ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜਿਹੜੀਆਂ ਤਿੰਨ ਖਾਸ ਮੰਗਾਂ ਨੇ, ਜ਼ਰੂਰੀ ਮੰਗਾਂ ਨੇ, ਚਾਹੇ ਆਪਣਾ ਸਿੱਖ ਬੰਦੀ ਜਿਹੜੇ ਲੋਕ ਨੇ ਉਹਨਾਂ ਦੀਆਂ ਨੇ, ਅਤੇ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਨੇ, ਅਤੇ ਚਾਹੇ ਜਿਹੜੇ ਲੋਕ ਸ਼ਹੀਦ ਹੋਏ ਸੀ ਉਹਨਾਂ ਦੀਆਂ ਨੇ, ਜਦੋਂ ਤੱਕ ਨਹੀਂ ਪੂਰੀਆਂ ਹੁੰਦੀਆਂ, ਸੰਪੂਰਨ ਹੁੰਦੀਆਂ, ਅਸੀਂ ਇਹ ਮੋਰਚੇ ਨੂੰ ਨਹੀਂ ਛੱਡਾਂਗੇ। ਅਤੇ ਇਸੇ ਤਰ੍ਹਾਂ ਵੇਖਦੇ ਰਹੋ ਕਰੰਟ ਇਸ਼ੂ ਉੱਤੇ, ਵੇਖਦੇ ਰਹਿਣਾ ਏਵਨ ਪੰਜਾਬੀ, ਨਿਡਰ, ਨਿਰਪੱਖ ਅਤੇ ਨਵੀਂ ਸੋਚ। ਜਾਣ ਤੋਂ ਪਹਿਲਾਂ ਗੁਜ਼ਾਰਿਸ਼ ਕਿ ਸਾਡੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ।